ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਬਾਈ ਸੁਖਦੇਵ ਸਿੰਘ ਦੇ ਕੋਲ। ਹਰ ਵਾਰ ਦੀ ਤਰ੍ਹਾਂ ਦੋਸਤੋ ਇਸ ਘਰੋਂ ਆਪਾਂ ਅਪਡੇਟ ਜਿਹੜੀ ਆ ਉਹ ਜਲਦੀ ਦੇਣੇ ਰਹਿੰਦੇ ਹਾਂ, ਪਰ ਅੱਜ ਥੋੜ੍ਹੀ ਜਿਹੀ ਦੇਰੀ ਹੋ ਗਈ ਆ। ਪੁੱਛਾਂਗੇ ਬਾਈ ਸੁਖਦੇਵ ਦੇ ਨਾਲ, ਗੱਲਬਾਤ ਕਰਾਂਗੇ ਵੀ ਥੋੜ੍ਹੀ ਜਿਹੀ ਦੇਰੀ ਕਿਉਂ ਹੋਈ ਆ। ਠੀਕ ਆ ਜੀ, ਹੇਠ ਉੱਤੇ ਪਸ਼ੂ ਲਿਆਉਂਦੇ ਆ ਅਤੇ ਵਿਕਰੀ ਵਾਲੇ ਪਸ਼ੂ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਆ, ਅਤੇ ਰੇਟ ਭਾਅ ਪੜਤਾ ਜਾਇਜ਼ ਹੁੰਦਾ ਪਸ਼ੂ ਦੇ ਅਕੋਰਡਿੰਗ। ਜੇਕਰ ਆਪਾਂ ਦੇਖੀਏ ਤਾਂ ਵਾਜਬ ਰੇਟ ਹੁੰਦੇ ਆ, ਜਿਹੋ ਜਿਹਾ ਪਸ਼ੂ ਆ ਉਹੋ ਜਿਹਾ ਰੇਟ ਤੁਹਾਨੂੰ ਮਿਲ ਜਾਂਦਾ। ਠੀਕ ਆ ਜੀ, ਦੇਖਣ ਦੇ ਵਿੱਚ ਅੱਜ 28 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ। ਸਮਾਂ ਤੁਸੀਂ ਨੋਟ ਕਰ ਲਓ, 6 ਵਜੇ ਸ਼ਾਮ ਦਾ ਸਮਾਂ, ਬਿਲਕੁਲ ਚਵਾਈ ਦਾ ਟਾਈਮ ਆ। ਅਤੇ ਪਸ਼ੂ ਅੱਜ 3 ਪਾ ਦਾਂਗੇ ਇਸ ਵੀਡੀਓ ਦੇ ਵਿੱਚ, ਬਾਕੀ ਡਿਟੇਲ ਆਪਾਂ ਕਰਦੇ ਹਾਂ ਸਾਂਝੀ ਬਾਈ ਸੁਖਦੇਵ ਦੇ ਨਾਲ। ਸਭ ਤੋਂ ਪਹਿਲਾਂ ਭਰਾ ਸੁਖਦੇਵ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਕੀ ਹਾਲ ਜੋ? ਬੜੇ ਵਧੀਆ, ਹੋਰ ਕਰ ਲਈਆਂ ਮੁੱਛਾਂ ਮੱਛਾਂ ਕੁੱਟੀਆਂ? ਹਾਂਜੀ, ਹੋਰ ਸੁਣਾਓ? ਝੋਨੇ ਝਾਨੇ ਲੱਗ ਗਏ, ਮੈਨੂੰ ਤਾਂ ਬਿਜੀ ਤਾਂ ਰਹੇ। ਹਾਂਜੀ, ਇਹ ਨਾ ਅਰਕੀ ਝੋਨੇ ਝਾਨੇ 'ਚ ਫਿਰ ਰੁੱਝੇ ਕਰਕੇ ਤੇ ਫਿਰ ਅਰਕੀ ਵੀਡੀਓ ਨਹੀਂ ਬਣੀ। ਠੀਕ ਹੈ, ਇੱਕ ਮਾਲ ਡੰਗਰ ਨਹੀਂ ਲੈਂਦਾ ਗਿਆ, ਕੋਈ ਰਹਿ ਗਿਆ ਥਾਂ ਪਲਾਟ ਕੇ ਕਿ ਪੂਰੇ ਹੋ ਗਏ? ਨਹੀਂ, ਰਹਿ ਗਈਆਂ ਵਾ ਤਿੰਨ, ਸਾਢੇ 3 ਪਹਿਲੀਆਂ ਲੰਮੀ ਬਾਹ ਵਧੀ ਤੇ ਮੋਟਾ ਝੋਨਾ ਲਾਤਾ 110। ਅੱਛਾ ਅੱਛਾ, ਹਾਂਜੀ ਹਾਂਜੀ। ਮੋਟਾ ਝੋਨਾ ਫਿਰ ਕਿਹੜਾ ਕਿਹੜਾ? 110 ਲਾਤਾ, 110। ਹਾਂ, 1847 ਲਾਉਣੀ ਉਹਨਾਂ ਆਪਾਂ। ਐਰਕੀ ਮਾਝਾ ਫਿਰ 110 ਹੋ ਗਈ ਸਾਰੇ? ਹਾਂਜੀ ਹਾਂਜੀ, ਐਰਕੀ ਬਹੁਤ ਜ਼ਿਆਦੀ ਨਾ, ਐਰਕੀ ਬਾਹ ਵਧੀ ਬਹੁਤ ਲੱਗੂਗੀ। ਬਾਸਮਤੀ ਵੀ ਲੱਗੂ? ਹਾਂਜੀ ਹਾਂਜੀ। ਕਿਉਂ, ਮੱਕੀ ਮੁੱਕੀ ਦੇ ਥਾਂ ਬੜੇ? ਮੱਕੀ ਦਾ ਥਾਂ ਬੜਾ ਵੈ, ਐਰਕੀ ਬਹੁਤ ਜ਼ਿਆਦਾ ਲੋਕਾਂ ਦਾ ਧਿਆਨ ਬਾਹ ਵਧੀ ਵੱਲ ਹੋਇਆ। ਠੀਕ ਹੈ ਜੀ, ਹਾਂਜੀ। ਬਾਸਮਤੀਆਂ ਵੀ ਚੰਗੀਆਂ ਲੱਗ ਰਹੀਆਂ? ਚੰਗੀਆਂ ਲੱਗ ਰਹੀਆਂ ਵਾ। ਠੀਕ ਆ, ਤੇ ਸੁਖਦੇਵ ਭਾਈ ਫਿਰ ਉਧਰ ਰੁੱਝੇ ਹੋਣ ਕਰਕੇ ਥੋੜਾ ਪਸ਼ੂ ਦੇ ਢਿੱਲ ਵਰਤਣੀ ਪਈ। ਹਾਂਜੀ ਹਾਂਜੀ, ਇਹ ਗਈਆਂ ਪਰਸੋਂ ਲਈਆਂ ਸੀ। ਅੱਛਾ, ਮੈਂ ਚੱਲ ਅੱਜ ਵੀਡੀਓ ਬਣਾ ਲੈਂਦੇ ਹਾਂ। ਠੀਕ ਆ, ਗਾਵਾਂ ਦੇ ਵੇਖਦੇ, ਮੈਂ ਨਹੀਂ ਵੀਡੀਓ ਦੇ ਵਿੱਚ ਨੂੰ ਆਪਾਂ। ਠੀਕ ਆ ਜੀ, ਹਾਂਜੀ ਹਾਂਜੀ। ਸੋ ਵੈੜਾ ਜਿਹੜੀਆਂ ਦੋਸਤੋ 3 ਨੇ, ਠੀਕ ਆ, ਇੱਕ ਤਾਂ ਬਿਲਕੁਲ ਕੀ ਕੰਡੀਸ਼ਨ ਇਹਨਾਂ ਦੀ, ਤਾਜ਼ੀਆਂ ਸੂਈਆਂ ਜਾਂ ਕਿਵੇਂ? ਆ ਜੀ, ਵੈੜ ਪਰਸੋਂ ਦੀ ਸੂਈ ਆ। ਅੱਛਾ ਜੀ, ਤੇ ਮਗਰ ਵੱਛੀ ਵੈੜ ਦੀ। ਠੀਕ ਆ, ਹਾਂਜੀ, ਚਲੋ ਨਾਲ ਦੀ ਨਾਲ ਆਪਾਂ ਕੰਮ ਕਰਦੇ ਹਾਂ ਸ਼ੁਰੂ। ਹਾਂਜੀ, ਸੁਖਦੇਵ ਭਾਈ ਪਰਸੋਂ ਸੂਈ ਆ, ਮਗਰ ਵੱਛੀ ਆ। ਵੱਛੀ ਆ ਜੀ। ਸੂਆ ਕਿੰਨਵਾਂ ਸੂਈ ਆ? ਦੂਜਾ ਸੂਗਾ ਵੀਰੇ, ਦੂਜਾ ਸੂਗਾ ਸੂਈ ਆ। ਬਿਲਕੁਲ ਜਿਹੜਾ ਦੋਸਤੋ ਮਟਕੇ ਵਰਗਾ ਆਪਾਂ ਕਹੀਏ ਨਾ ਵੀ ਗੁਬਾਰੇ ਵਰਗਾ ਬੱਠਲ ਜਿੱਦਾਂ ਲੇਵਾ ਲਈ ਫਿਰਦੀ ਆ। ਠੀਕ ਆ, ਤੇ ਹੁਣ ਬਿਲਕੁਲ ਚਵਾਈ ਦਾ ਟਾਈਮ ਆ ਤੇ ਧਾਰਾਂ ਹੋ ਸਕੀਆਂ, ਤੁਹਾਨੂੰ ਵੀਡੀਓ ਦੇ ਵਿੱਚ ਹਰ ਵਾਰ ਸੁਖਦੇਵ ਭਾਈ ਮਾਰ ਕੇ ਧਾਰਾਂ ਦਿਖਾਉਂਦਾ, ਇਹਦੀਆਂ ਵੀ ਧਾਰਾਂ ਮਾਰ ਕੇ ਦਿਖਾਵਾਂਗੇ ਬੱਚਾ ਲਾ ਕੇ। ਠੀਕ ਆ, ਤੇ ਦਿਨ ਕਿੰਨੇ ਸੁਖਦੇਵ ਦੱਸਿਆ ਭਾਈ? ਫੇਰ ਜੀ 3 ਦਿਨ ਹੋਇਆ ਵੈੜ, 3 ਦਿਨ ਬੌਲੇ ਚ ਫਿਰ? ਹਾਂ ਬੌਲੇ ਆ, ਪਰ ਬਾਕੀ ਵੈੜ ਹੈ ਬਿਲਕੁਲ ਸਾਫ਼ ਕੀਤੀ ਆ। ਇਹ ਨਾ ਕੋਈ ਆਖੇ ਵੀਰ ਭਰਾ ਦੇ ਹੁਣ ਗਾਂ ਥੱਲੇ ਛੱਡੀ ਆ, ਗਾਂ ਬਿਲਕੁਲ ਸਾਫ਼ ਕੀਤੀ, ਕਿਉਂ ਜਿੰਨੀ ਗਾਂ ਸਾਫ਼ ਕਰਾਂਗੇ ਉਨੀ ਬਣੂਗੀ। ਇੱਕ ਦੋ ਤੋਂ ਗਰਮੀ ਪੈਂਦੀ ਆ, ਜੇ ਥੱਲੇ ਦੁੱਧ ਛੱਡਾਂਗੇ ਤਾਂ ਵੀ ਸਾੜ ਪਊਗਾ, ਸਾੜ ਪੈਂਦਾ ਬਈ। ਹਾਂਜੀ ਹਾਂਜੀ, ਬਾਕੀ ਠੰਡੀ ਬੜੀ ਆ, ਬਹੁਤ ਜ਼ਿਆਦਾ ਠੰਡੀ ਧੀਰੀ ਵੈੜ। ਸੋ ਬਾਕੀ ਚੋਣ ਚਾਣ ਵੀ ਬੜੀ ਐ ਮਹੀਆਂ ਅਰਗੀ ਆ, ਬਾਕੀ ਚਵਾ ਵੀ ਇਹਨਾਂ ਦਾ ਚੰਗਾ, ਬਾਕੀ ਦੋਸਤੋ ਠੰਡੀ ਧੀਰੀ ਆ, ਕਿਉਂਕਿ ਲੱਤ ਛੱਡਦਾ ਬਹੁਤਾ ਵੀਰਾਂ ਨੂੰ ਜਿਹੜਾ ਕੋਈ ਮੰਗਾ ਪਾਉਣ ਦੀ ਲੋੜ ਨਹੀਂ ਵੈੜ। ਬਾਕੀ ਵੀਰੋ ਇੱਕ ਗੱਲ ਜ਼ਰੂਰ ਆ, ਮੇਰਾ ਕੰਮ ਹੁੰਦਾ ਵੀਡੀਓ ਬਣਾਉਣ ਦਾ, ਅੱਗੋਂ ਵਪਾਰੀ ਵੀਰ ਨੇ ਆਪਦੀ ਸੋਚ ਸਮਝਣਾ ਚੀਜ਼ ਲਿਆ ਕੇ ਤੁਹਾਡੇ ਸਾਹਮਣੇ ਖੜੀ ਕਰਤੀ ਆ, ਅੱਗੇ ਤੁਸੀਂ ਲਿਜਾਣੀ ਆਪਦੀ ਸੋਚ ਸਮਝਣਾ ਲੈ ਕੇ ਜਾਣੀ ਆ। ਦੂਰੋਂ ਨੇੜਿਓਂ ਕਿਸੇ ਵੀਰ ਨੇ ਤੇਲ ਪਾਣੀ ਦਾ ਖਰਚਾ ਕਰਨਾ, ਉਹ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡੀ ਰਿਸਪੋਂਸੀਬਿਲਟੀ ਆ। ਹਾਂ, ਜੇਕਰ ਦੱਸਣ ਮੁਤਾਬਕ ਕੋਈ ਬੌਲਾ ਜਾਂ ਦੁੱਧ ਜਾਂ ਕੋਈ ਪਸ਼ੂ ਦੇ ਵਿੱਚ ਕੋਈ ਔਰ ਨਿਕਲਦੀ ਆ, ਉੱਥੇ ਜਿਹੜਾ ਦੋਸਤੋ ਭਰਪਾਈ ਆ ਉਹ ਦੋ ਤਰਫੋਂ ਜ਼ਰੂਰ ਕੀਤੀ ਜਾਣੀ ਚਾਹੀਦੀ ਆ। ਠੀਕ ਆ, ਇਹ ਜਿਹੜੀ ਆ ਰਿਕੁਐਸਟ ਆਪਣੀ। ਬਾਕੀ ਜੇਕਰ ਜਿੰਨੀ ਚੀਜ਼ ਦੱਸੀ ਗਈ ਆ ਉਹਨੂੰ ਵੈਰੀਫਾਈ ਕਰਨਾ ਤੁਹਾਨੂੰ ਪਹੁੰਚ ਕਰਨੀ ਪੈਣੀ ਆ ਘਰ। ਠੀਕ ਆ, ਤੇਲ ਪਾਣੀ ਜਿਹੜਾ ਦੋਸਤੋ ਖੇਚਲ ਤਾਂ ਆਪ ਨੂੰ ਕਰਨੀ ਪੈਂਦੀ ਆ, ਕਿਉਂਕਿ ਤਸੱਲੀ ਵੀ ਤੁਸੀਂ ਆਪ ਕਰਨੀ ਆ। ਅਤੇ ਹੁਣ ਬੌਲਾ ਸੁਖਦੇਵ ਭਾਈ ਕਿੰਨਾ ਸੀਗਾ? 2 ਡੰਗ ਵੀਰ ਜੀ, ਬੌਲਾ ਹੋਊਗਾ ਵਸ਼ੀ ਕੋਲ 17 ਕਿਲੋ। ਹਾਂਜੀ ਹਾਂਜੀ, ਐਂ ਹਾਜ਼ਰ ਨਾ ਜੇ ਭਾਵੇਂ ਕੋਈ 3 ਡੰਗ ਚੋਵੇ ਭਾਵੇਂ 4 ਜਾਂ ਡੰਗ ਚੋਵੇ, ਪਰ ਆਪਾਂ 16 ਕੀ ਦੇਣਾ। ਠੀਕ ਆ, ਬਾਕੀ ਚੋ ਪਸਮਾ ਆਪਾਂ ਵਿਖਾ ਦਾਂਗੇ ਵਿੱਚ, ਹੋਰ ਛਟਾ ਕੋਈ ਥਾਂ ਘੱਟ ਵੱਧ ਨਹੀਂ, ਚਵਾ ਪਸਮਾ ਦੀ ਬਿਲਕੁਲ ਵੈਡ ਓਕੇ ਹੋਊਗੀ। ਠੀਕ ਹੈ ਸਰ, ਬਾਕੀ ਦੁੱਧ ਵਸ਼ੀ 22-23 ਕਿਲੋ ਭਰੂਗੀ ਜੇ ਕੋਈ ਸਾਂਭ ਕਰੂਗਾ ਤੇ। ਠੀਕ ਹੈ ਜੀ, ਹਾਂਜੀ 20 ਕਿਲੋ ਵੀ ਦੁੱਧ ਗਾਂ ਦੇਈ ਜਾਵੇ ਨਾ ਬੜਾ ਵਾ, ਕਿਉਂ ਗਰਮੀ ਬੜੀ ਆ, ਗਰਮੀ ਬਹੁਤ ਆ। ਹਾਂਜੀ, ਆਖ ਨੂੰ ਤੇ 22-23 ਭਾਵੇਂ ਕਹੀ ਜਾਈਏ ਪਰ 20 ਕਿਲੋ ਦੁੱਧ ਵੜਿਆ ਹੁੰਦਾ ਵਾ। ਅੱਜ ਮਾੜਾ ਮੀਂਹ ਪਿਆ, ਅੱਜ ਭਲਕਦਾ ਥੋੜਾ ਸਾਹ ਨਿਕਲਦਾ ਪਿਆ ਵਾ, ਬਾਕੀ ਇੱਕ ਗੱਲ ਹੈ ਕਿ ਗਾਵਾਂ ਵੀ ਆਫੂ ਕਰਨੋਂ ਹਟ ਗਈਆਂ, ਚਾਹੇ ਕ੍ਰੋਸ ਆ ਚਾਹੇ ਪਿਓਰ ਆ, ਬੱਚਨ ਲੱਗ ਪਏ ਸੀ ਪਸ਼ੂ ਇੱਕ ਵਾਰ। ਹਾਂਜੀ ਹਾਂਜੀ, ਤੇ ਸੁਖਦੇਵ ਭਾਈ ਖੋਲ ਕੇ ਦਿਖਾਈਏ ਫਿਰ।
ਇੱਕ ਵਾਰੀ ਜਿਹੜਾ ਦੋਸਤੋ ਨਜ਼ਰ ਤੁਸੀਂ ਆ ਜਿਹੜਾ ਬੱਚਾ ਦੇਖ ਲਓ ਆਹ ਮਗਰ ਇਹ ਫੀਮੇਲ ਆ ਗਈ ਨਾ ਵੱਛੀ ਵੱਛੀ ਆ ਫੀਮੇਲ ਸੀਗਾ ਜੀ ਬਾਕੀ ਪੂਰੀ ਫੇਸ ਕੁਆਲਿਟੀ ਮੂੰਹ ਮੱਥਾ ਤੁਸੀਂ ਆਹ ਵੈਟ ਦਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂ ਮਸਤ ਹੋ ਕੇ ਬੈਠੀ ਹੈ ਨਹੀਂ ਉਹ ਮਸਤ ਹੋਈ ਆ ਆਹੋ ਲੈ ਜਰਸੀ ਦਾ ਪਾਖਾ ਵੱਛੀ ਠੀਕ ਆ ਵੱਛੀ ਚੰਗੀ ਤੇ ਵੈੜ ਵੀ ਪੂਰੀ ਕਰੋਸ ਆ ਠੀਕ ਆ ਗਾਂ ਕਰੋਸ ਆ ਖੋਲ ਸਕਦੇ ਤੋਰੋ ਖੋਲ ਕੇ ਬਈ ਵੇਰਵਾ ਜਿਹੜਾ ਦੋਸਤੋ ਵੀਰ ਸੁਖਦੇਵ ਨੇ ਦੱਸ ਦਿੱਤਾ ਵੀ ਪੂਰਾ ਰਿਕਾਰਡ ਜਿਹੜਾ ਹੁਣ ਮਿਲਕ ਰਿਕਾਰਡ ਬੋਲ ਦੇ ਉੱਪਰ ਚੱਲਣ ਡਈ ਆ ਬੋਲ ਤਕਰੀਬਨ ਕੋਈ 16-17 ਦੱਸਿਆ ਜੀ 17 ਉੱਪਰ ਆਪਾਂ 16 ਕਹਿ ਕੇ ਦੇਣਾ ਠੀਕ ਆ 17 ਹੋਊਗਾ ਪਰ 16 ਕਹਿ ਕੇ ਜਿਹੜਾ ਆਉਂਦਾ ਵੀ ਆਪਾਂ ਦੇਵਾਂਗੇ ਠੀਕ ਆ ਬਾਕੀ ਥਣ ਚੱਡਾ ਜਿਹੜਾ ਦੋਸਤੋ ਬੜਾ ਖੁੱਲ੍ਹਾ ਵਧੀਆ ਚੰਗਾ ਠੀਕ ਆ ਤਾਂ 20 ਲੀਟਰ ਤੋਂ ਬਾਹਰ ਪਾ ਜਾਂਦਾ ਵੀ ਜਿਹੜੀ ਪਾਉਣਾ ਚਾਹੀਦਾ ਦੁੱਧ ਚੰਗੀ ਨਿਕਲੂ ਵੈਟ ਚੋਣ ਸਾਫ਼ ਆ ਦੰਦੀ ਕੋਈ ਤਾਂ ਭੋਰ ਛੱਡਾ ਕੇ ਥਣ ਘੱਟ ਵਾ ਬਾਕੀ ਸੀਲ ਸਾਊ ਬੜੀ ਆ ਸਲੱਗ ਬਹੁਤ ਬੱਚਾ ਥੱਲੇ ਵੱਛੀ ਆ ਹਾਂਜੀ ਬੰਨ ਲਓ ਵੀ ਸਕਦੇ ਵੀਰ ਠੀਕ ਆ ਤੇ ਬਾਕੀ ਸ਼ਾਹ ਜੀ ਰੇਟ ਕਿੰਨਾ ਇਹਦਾ ਮੁੱਲ ਆਪਾਂ ਫੋਨ ਤੇ ਕਰਨਾ ਹਾਂਜੀ ਵੱਧ ਵਟਨੇ ਲੱਗਦਾ ਨਹੀਂ ਵੱਧ ਕੀ ਵਟਨੇ ਆ ਭੈਣ ਭਰਾ ਕਰੇ ਫੋਨ ਕੋਈ ਗੱਲ ਨਹੀਂ ਆਪਾਂ ਦਵਾਂਗੇ ਮਾਲ ਕਰਾਂਗੇ ਜਾਇਜ਼ ਹੀ ਦੇਣੀ ਜ਼ਿਆਦਾ ਭਾਅ ਨਹੀਂ ਕਰਨਾ ਜੀ ਇਹਨੇ ਲੋਕਾਂ ਨੂੰ 65,000 ਰੁਪਇਆ ਮੰਗੀ ਜਾਣਾ ਆਪਾਂ ਗੱਲ ਹੀ ਕਰਨੀ ਜਾਇਜ਼ ਜਿੰਨੇ ਪੈਸੇ ਲੈ ਲੈ ਨਾ ਹੀ 60 ਹੋਣਾ ਤੇ ਨਾ ਹੀ 65 ਹੋਣਾ ਨਾ ਇਹ ਮੁੱਲ ਨਹੀਂ ਕਰਨਾ ਆਪਾਂ ਦੇ 60-65 ਵਾਲਾ ਮੁੱਲ ਨਹੀਂ ਕਰਨਾ ਜਾਇਜ਼ ਰੇਟ ਇਹ ਭਾਅ ਨਾ ਭੋਰਾ ਮਿਲੀ ਤਾਂ ਅਗਲੇ ਨੂੰ ਭਾਅ ਨਾ ਦੇ ਦੋ ਕੋਈ 2 ਰੁਪਏ ਆਪਾਂ ਅਗਲਾ ਗਾਂ ਵੀ ਫੋਨ ਕਰੇ ਵੀਰ ਬਸ ਜੀ ਆਹ ਗੱਲ ਆ ਭੈਣ ਭਰਾ ਬਿਲਕੁਲ ਨਾਲ ਜੁੜਿਆ ਰਵੇ ਤੇ ਬਿਲਕੁਲ ਜਿਹੜੀ ਦੋਸਤੋ ਜਿਹੜੀ ਇਹਦੀ ਡਿਮਾਂਡ ਆ ਰੇਟ ਭਾਅ ਪੜ ਤਾਂ ਫੋਨ ਤੇ ਬਾਈ ਜਾਂਦਾ ਕਰਾਂਗੇ ਬਾਹਲਾ ਵੱਡਾ ਮੁੱਲ ਨਹੀਂ ਹੋਊਗਾ ਸੋ ਜਿਹੜੇ ਵੀਰ ਨੇ ਖਰੀਦਣੀ ਆ ਕੰਟੈਕਟ ਕਰ ਲਿਓ ਸੰਪਰਕ ਕਰ ਲਿਓ ਆ ਜਾਓ ਅੱਗੇ ਇੱਕ ਕਾਲੇ ਰੰਗ ਦੇ ਵਿੱਚ ਤੁਹਾਨੂੰ ਵੈਰ ਦਿਖਾਉਂਦੇ ਪਹਿਲਾਂ ਨੇ ਵੱਛੀ ਦੇ 4 ਦੰਦ ਆ ਮੂੰਹ ਇਹ ਬਲੈਕ ਡਾਇਮੰਡ ਆ ਗਿਆ ਹੈ ਹਾਂਜੀ ਹਾਂਜੀ ਤੇ ਮੂੰਹ ਚੌਗੀ 4 ਦੰਦ ਮੂੰਹ ਵਿੱਚ ਮੂੰਹ 4 ਦੰਦ ਹਾਂਜੀ ਤੇ ਬਾਕੀ ਠੰਡੀ ਸਾਊ ਬੜੀ ਠੰਡੀ ਰਿਕਾਰਡ ਕੀ ਦਾ ਹੁਣ ਸਹੀ ਸਹੀ ਆ ਇਹਦੇ ਥੱਲੇ ਜਿਹੜਾ ਲੀਟਰ ਮਾਰਵਾਂ ਦਾ ਉਹ 11 ਕਿਲੋ ਹੋਊਗਾ 11 ਤਾਂ ਆਪਾਂ 10 ਹੀ ਕਿਲੋ ਕਹਿ ਕੇ ਦੇਣਾ ਭਾਵੇਂ ਕੋਈ ਧਾਰ ਬਣਾ ਮਾਰੇ ਭੂਰ ਛੜਾ ਕੋਈ ਥਣ ਘਟ ਵਾ ਦੇਣਾ ਹੋਊਗਾ ਹਾਂਜੀ ਲਓ ਜੀ ਬਾਕੀ ਨਾ ਠੰਡੀ ਬੜੀ ਵੈਰ ਠੀਕ ਆ 10 ਕਿਲੋ ਆ ਤੇ ਹੈ ਸੂਆ ਪਹਿਲਾਂ ਨਹੀਂ ਆ ਨਾ 4 ਦਿਨ ਦਾ ਪਹਿਲਾਂ ਪਲੂਣ ਵੱਛੀ ਆ ਤੇ 11 ਲੀਟਰ ਕਹਿੰਦਾ ਵੀਰ ਸੁਖਦੇਵ ਸਿੰਘ ਤੇ ਪਰ 10 ਲੀਟਰ ਕਹਿੰਦਾ ਵੀ ਆਪਾਂ ਘਰੇ ਚਵਾ ਕੇ ਦਵਾਂਗੇ ਠੀਕ ਆ ਤੇ ਟਾਇਰ ਜਾਂ ਡਰਾ ਠੀਕ ਆ ਕਸਮੇ ਲੇਵੇ ਦੀ ਆ ਦੋਸਤੋ ਵੀ ਬਾਕੀ ਪਸ਼ੂ ਠੰਡੀ ਬੜੀ ਵੈੜ ਠੀਕ ਆ ਕੋਣ ਵੀ ਬੜੀ ਚੰਗੀ ਆ ਥਣ ਪੂਰਾ ਆਇੰਦਾ ਮੁੱਠੀ ਜਿਹਾ ਛੋਟਾ ਆਇੰਦਾ ਪੂਰਾ ਪਹਮਾਂਗੇ ਥਣ ਕਰ ਜਾਂਦੀ ਇਹਦੇ ਨਾ ਮਾੜੇ ਜੇ ਨਾ ਥਣਾਂ ਦੇ ਇਹ ਬੱਚਾ ਕਦੇ ਮਾਰਦਾ ਮੁੱਦਾ ਰਿਹਾ ਪਹਿਲੋਂ ਬੱਚਾ ਗਿਆ ਤਾਂ ਮਾਰ ਇਹ ਨਫਲ ਤੇ ਮੁੜਕੋ ਕਦੇ ਮੱਟੀ ਘਟਾ ਲਵਾਤਾ ਬਾਕੀ ਬਿਲਕੁਲ ਵੈੜ ਦੰਦ ਦੰਦ ਜੇ ਮਾਰੇ ਸੀ ਹਾਂਜੀ ਹਾਂਜੀ ਨੰਡ ਲਾਈ ਇਸ ਠੀਕ ਆ ਜੀ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਇਹ ਵੀਰ ਜੀ ਵੈੜ ਸੂਈ ਆ 45-50 ਦਿਨਾਂ ਦੀ 2 ਮਹੀਨੇ ਦੇ ਕਰਕੇ ਵਛੀ ਦੇਣੀ ਆਪਾਂ ਠੀਕ ਹੈ ਨਾ ਠੀਕ ਆ ਜੀ ਕਿਉਂ ਮੁੜ ਕੇ ਅਗਲਾ ਲਾਹ ਮਾਣਾ ਦੋ ਠੀਕ ਆ 45-50 ਦਿਨਾਂ ਦੀ ਜਿਹੜੀ ਆ ਦੋਸਤੋ ਤੁਸੀਂ 2 ਮਹੀਨੇ ਮੰਨ ਕੇ ਜਿਹੜੀ ਇਹ ਵੈੜ ਖਰੀਦ ਸਕਦੇ ਹੋ ਸਿੰਗੀ ਥੋੜੀ ਥੋੜੀ ਹੈਗੀ ਆ ਬਾਕੀ ਠੰਡੀ ਧੇਰੀ ਆ ਸੀਲ ਸੌ ਪੂਣਾ ਪੂਰਾ ਬੈਠ ਦੇ ਵਿੱਚ ਠੀਕ ਆ ਤੇ ਫੇਸ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਇੱਕ ਰੰਗ ਆ ਬਿਲਕੁਲ ਬਲੈਕ ਠੀਕ ਆ ਬਾਕੀ ਪੂਰੀ ਚਾਲ ਢਾਲ ਤੁਹਾਨੂੰ ਲੰਮਾ ਤੋੜ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਹਾਂਜੀ
ਕੰਪੈਕਟ ਐਡਰ ਬਿਲਕੁਲ ਜਿਹੜਾ ਦੋਸਤੋ ਕਸਮੇ ਲੇਵੇ ਦੀ ਆ, ਠੀਕ ਆ। ਬਾਕੀ ਜਿਹੜੇ ਵੀਰ ਨੇ ਖਰੀਦਣੀ ਆ ਆਪਦੀ ਚਵਾਈ, ਮੈਂ ਹਰ ਵੀਡੀਓ ਦੇ ਵਿੱਚ ਦੋਸਤੋ ਇੱਕ ਰਿਕੁਐਸਟ ਹੀ ਕਰ ਸਕਦਾ ਉਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੇ ਖਰੀਦਣੀ ਆਪਦੀ ਯਾਰ ਦੋ ਡੰਗ ਦੀ ਚਵਾਈ ਕਰ ਲਓ, ਕੋਈ ਦੋ ਟਾਈਮ ਵੀਡੀਓ ਕਾਲ 'ਤੇ ਚਵਾਈ ਕਰ ਲਓ, ਉਸ ਤੋਂ ਬਾਅਦ ਆਪਦਾ ਸਾਈ ਬਿਆਨਾ ਕਰ ਲਓ, ਠੀਕ ਆ। ਬਹੁਤ ਜ਼ਿਆਦਾ ਥੋੜ੍ਹੀ ਬਾਕੀ ਚੋਣ ਬੜੀ ਚੰਗੀ, ਠੀਕ ਆ ਜੀ। ਮੋੜ ਲਈਏ ਜੀ, ਸਕਦੇ ਭਾਈ ਕਿੰਨਾ ਕੁ ਮੁੱਲ ਫਿਰ ਇਹਦਾ? ਮੁੱਲ ਛੋਟਾ ਜਿਹਾ ਕਰਨਾ, ਪੰਦਰਾਂ ਹਜ਼ਾਰ, ਜ਼ਿਆਦਾ ਮੁੱਲ ਨਹੀਂ ਕਰਨਾ ਜੀ। ਮੁੱਲ ਭਾਵੇਂ 25 ਕਰਕੇ 26 ਕਰਕੇ, ਹਾਂ ਨਾ ਜਿਹੜੀ ਦੇ ਦੇਣੀ 23 ਹਜ਼ਾਰ ਦੀ ਵਛੀ ਦੇਣੀ। 23 ਹਜ਼ਾਰ ਦੀ, ਹਾਂਜੀ ਲਓ ਜੀ। ਬਾਕੀ ਦੁੱਧ ਵਛੀ ਕੋਲ ਜਿਆਰਾ ਹੋਊਗਾ, ਆਪਾਂ ਦਾਖ ਕਰੋਗੇ ਕਿ ਦੇਵਾਂਗੇ। ਚੋਣ ਥੱਲੇ ਧੀਰੀ ਕੋਈ ਲੱਤ ਹੜ ਨਹੀਂ ਕਰਦੀ, ਭਾਵੇਂ ਵੰਗਾ ਲਾਓ ਭਾਵੇਂ ਨਾ ਲਾਓ। ਵੀ 10 ਕਿਲੋ ਦੀ ਤੁਸੀਂ ਚਵਾਈ ਕਰਨੀ ਹੈ ਦੋਸਤੋ, ਘਰ ਪਹੁੰਚ ਕੇ ਭਾਵੇਂ ਕੋਈ 3 ਡੰਗ ਵੀਰਾਂ ਦਾ ਚੋਈ ਜਾਓ, ਠੀਕ ਆ, 23 ਹਜ਼ਾਰ ਦੇ ਵਿੱਚ ਆ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨਗਦ ਦਿਖਾ ਦਿੰਦੇ ਆ, ਠੀਕ ਆ। ਸਕਦੇ ਭਾਈ ਅੱਗੇ ਆ ਬੈਡ ਦੀ ਕੀ ਇਨਫੋਰਮੇਸ਼ਨ? ਇਹ ਤਾਂ ਤੋਹਫਾ ਹੀ ਆ ਦੇ। ਅੱਛਾ, ਇਹ ਸਮਝ ਲਓ ਤੇ ਕਮੇਟੀ ਆ। ਕਮੇਟੀ ਆ, ਕਮੇਟੀ ਆ ਕਰਮਾ ਦੀ। ਕਮੇਟੀ ਚੱਕੀ ਤੇ ਪਹਾੜਾਂ ਤੇ ਆਏ ਆ, ਕਮੇਟੀ ਤਾਰ ਨਹੀਂ ਦੇ, ਤਾਰ ਨਹੀਂ ਬਣੀ। ਬਾਕੀ ਵਛੀ 100% ਗੱਭਰ ਨਿਕਲੂਗੀ। ਕਿਸੇ ਨੇ ਪੈਸੇ ਲਾਉਣੇ, ਥੋੜੇ ਲਾਉਣੇ ਚਾਹੇ ਬਾਹਲੇ ਲਾਉਣੇ ਆ ਨਾ, ਅਗਲੇ ਨੂੰ ਗਰੰਟੀ ਦੇ ਜੇ ਬੰਦਾ ਬੁਰਾ ਲੱਗਦਾ, ਜਦੋਂ ਚੈੱਕ ਪਾਸ ਹੀ ਨਹੀਂ ਹੋਣੀ ਵੈਡ ਲੈ ਤੇ ਫਿਰ ਕੀ। ਬਿਲਕੁਲ 45-40 ਤੋਂ ਬਾਹਰ ਤੇ 45 ਦੇ ਅੰਦਰ ਬਾਹਰ ਜਿਹੜੇ ਦੋਸਤੋ ਦੇਣ ਹੋਏ ਆ, ਠੀਕ ਆ। ਵਛੀ ਨੂੰ ਲੋਹ ਲਾ ਬਹੁਤ ਜ਼ਿਆਦਾ ਚੰਗੀ ਥਾਂ, ਤੁਹਾਨੂੰ ਬਹੁਤ ਜ਼ਿਆਦਾ ਚੰਗੀ ਥਾਂ, ਤੁਹਾਨੂੰ ਬਹੁਤ ਵਧੀਆ ਤੇ ਕਿਸੇ ਤਰ੍ਹਾਂ ਦਾ ਕੋਈ ਸਾਥ ਫੋੜ ਨਹੀਂ ਹੈਗੀ, ਫੋੜ ਫੜ ਨਹੀਂ ਹੈਗੀ, ਬਹੁਤ ਜ਼ਿਆਦਾ ਚੰਗੀ ਵੈਡ। 4 ਥਾਂ ਆ ਦੋਸਤੋ, ਬਿਲਕੁਲ 1-1.5 ਇੰਚ ਥਾਂ ਆ ਤੇ ਚੰਗਾ ਸੋਹਣਾ ਜਿਹੜਾ ਦੋਸਤੋ ਆਉਣ ਵਾਲੇ ਸਮੇਂ 'ਚ ਚੰਗਾ ਆਰਡਰ ਮਾਰੂਗੀ। ਬਾਕੀ ਚੰਗੇ ਆਪ ਵੀ ਚੰਗੀ ਜਾਤੀ ਦੀ ਲੱਗਦੀ ਹੈ, ਬਿਲਕੁਲ ਪਿਓਰ ਬਰੀਡ ਦੇ ਵਿੱਚ ਆ, ਬਰੀਡ ਬਹੁਤ ਜ਼ਿਆਦਾ ਆਪ ਅੱਗੇ ਡੈਨਮਾਰਕ ਤੋਂ ਜਿਹੜੀ ਆ ਗੱਬਣ। ਸੋ ਬਾਕੀ ਆਓ ਆਪਦੀ ਵੇਖੋ, ਜਿਹੜੇ ਵੀਰ ਅੱਗੇ ਭਾਲਦੇ ਪਏ ਹੋ ਅਸਰ ਵੱਛੀਆਂ ਲੱਭਦੇ ਪਏ ਹੋ, ਠੀਕ ਆ, ਉਹਨਾਂ ਨੂੰ ਪਹਿਲ ਆ ਕਿਉਂਕਿ ਅੱਗੇ ਬਣੀ ਹੈਗੀ ਆ। ਬਾਕੀ ਹੋ ਸਕਦਾ ਵੀ ਕੋਈ 20-ਕੁ ਦਿਨਾਂ ਤੱਕ ਜਿਹੜੀ ਦੋਸਤੋ ਚੈੱਕ ਪਾਸ ਹੋ ਜਾਵੇ, ਠੀਕ ਆ। 45-50-45 ਕੁ ਦਿਨ ਤੱਕ ਜਿਹੜੀ ਆ ਏ ਆਈ ਹੋਈ ਆ, 45 ਕੁ ਦਿਨ। ਇਹਦੀ ਮਾਂ ਨੇ ਦੁੱਧ 34-35 ਕਿਲੋ ਭਰਿਆ, ਉਹਦੀ ਧੀ ਲਈ ਆਪਾਂ ਸ਼ੇਡ ਫਾਰਮ 'ਚੋਂ ਲਈ ਵਛੀ, ਠੀਕ ਹੈ। ਹਾਂਜੀ, ਮੈਨੂੰ ਨਾ ਸੋਹਣੀ ਵਾਹਵਾ ਲੱਗੀ ਤੇ ਮੈਂ ਕਿਹਾ ਚੱਲ ਵਿਕੂ ਤੇ ਵੇਚ ਲਾਂਗੇ, ਨਾ ਵੀ ਵਿਕੂ ਤੇ ਤਾਂ ਵੀ ਗੱਲ ਕੋਈ ਨਹੀਂ ਆ, ਰੁਪਈਏ 4-5 ਹਜ਼ਾਰ ਲਾ ਜੂ ਵਛੀ। ਹਾਂ, ਬਾਕੀ ਠੰਡੀ ਬੜੀ ਇਹ ਨਹੀਂ ਚਾਹੇ ਲੱਤਾਂ ਛੜਾਈ ਕਰ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਪਰ 100% ਮੈਂ ਨਾ ਵਛੀ ਗੱਭਰ ਨਿਕਲੂਗੀ ਜਿਹੜੇ ਵਛੀ ਦੇ ਸੂਲ ਆ। ਲਓ ਜੀ, ਬਾਕੀ ਬੂਥੀ ਪਾਸੀ ਬਹੁਤ ਸੋਹਣੀ ਆ, ਕੰਨ ਕੁੰਨ ਬੜਾ ਛੋਟਾ ਹੈ, ਬਹੁਤ ਜ਼ਿਆਦਾ ਬਰੀਡ ਆ ਵੈਡ ਦੀ ਵੀ ਚੰਗੀ ਆ ਦੋਸਤੋ। ਜੇਕਰ ਨਿਕਲ ਆਉਂਦੀ ਆ ਤੁਹਾਡਾ ਇਲਾਕਾ, ਕਿਸਮਤ ਆ ਤੁਹਾਡੀ, ਠੀਕ ਆ। ਤਿਆਰ ਹੋਈ ਵਛੀ ਵਿਕੂਗੀ 70-75 ਹਜ਼ਾਰ ਦੀ ਵੈਡ। ਹਾਂ ਹਾਂ, ਕੋਈ ਸ਼ੱਕ ਨਹੀਂ ਗਾ ਜੀ, ਬਸ ਹਾਲੇ ਵਛੀ ਨੇ ਕੱਦ ਕਰ ਜਾਣਾ, ਵਛੀ ਨੇ ਕਰਨਾ ਭਰਨਾ ਵਛੀ ਨੂੰ ਜਿਹੜਾ ਪੂਰਾ ਸਾਲ ਭਰੇ ਨੇ ਪੂਰਾ। ਹਾਂਜੀ ਹਾਂਜੀ, ਬਾਕੀ ਵਛੀ ਦਾ ਆ ਮੈਂ ਵੇਖਣਾ ਵਛੀ ਨੂੰ ਲੋਹ ਲਾਲ ਬਹੁਤ ਜ਼ਿਆਦਾ ਚੰਗੀ ਲੱਗੀ ਆ, ਇਹ ਨਹੀਂ ਤੇ ਚਾਹੇ ਉਦਾਂ ਹੀ ਲੱਗੀ ਆ, ਬਹੁਤ ਜ਼ਿਆਦਾ ਇਹ ਦੇਖੋ ਜਿਵੇਂ ਲਾਹੇ ਪੈਂਦੀ ਆ, ਚੰਗੀ ਆ ਵਛੀ। ਬਾਕੀ ਬਰੀਡ ਬੜੀ ਵੈਡ ਦੀ ਤੇ ਦੰਦੋ ਦੋ ਦੋਂਦੀ ਨਹੀਂ, 4 ਦੰਦ ਆ ਵਛੀ ਚੌਕੀ, ਹੈ 4 ਦੰਦ ਆ, ਚਾਰ ਹੈ, ਗਲਤ ਗੱਲ ਨਹੀਂ ਕਰਨੀ, ਅਗਲਾ ਮੁੜ ਕੇ ਲਾਮਾ ਦਵੇ ਬੰਦਾ ਬੁਰਾ ਲੱਗਦਾ, ਮੂੰਹ 4 ਦੰਦ ਆ, ਠੀਕ ਆ। ਤੇ ਬਾਕੀ ਹੱਥ ਪਾ ਲਿਓ ਦੋਸਤੋ, ਜਿਹੜੇ ਵੀਰ ਨੇ ਅੱਗੇ ਸ਼ੌਂਕੀਆ ਤੌਰ 'ਤੇ ਰੱਖਣਾ ਪਸ਼ੂ,
ਤੇ ਰੇਟ ਭਾਅ ਪੜਦਾ ਵੀ ਪੁੱਛ ਲਾਂਗੇ ਕਿੱਥੋਂ ਤੱਕ ਜਿਹੜੀ ਹੈ ਦੇਣ ਲੈਣ ਵਾਲੀ ਗੱਲ ਹੋਊਗੀ। ਠੀਕ ਆ ਤੇ ਥਾਣੀ ਥੋਣੀ ਬਹੁਤ ਵਧੀਆ ਚੰਗੀ ਥਾਣ ਤੁਹਾਨੂੰ ਲੱਗਾ ਝੋਲੀ ਝਾਲੀ ਤੁਸੀਂ ਵੇਖੋ ਹੋ ਸਕਦਾ ਵੀ ਨਿੱਤਰ ਆਵੇ ਥੋੜੇ ਕੁ ਦਿਨਾਂ ਤੱਕ ਹੋਰ ਜਿਹੜਾ ਬਿਲਕੁਲ ਸਿੱਧ ਹੋ ਜੂਗਾ ਵੀਰ ਜੀ ਨਿਕਲ ਆਵੇ ਨਾ ਤੇ ਵਛੀ 65-70 ਹਜ਼ਾਰ ਦੀ ਬਣ ਜੇ ਤੋਹਫਾ ਹੈ ਇਹ ਜਿਹੜਾ ਦੋਸਤੋ ਵਧਣੀ ਆ ਕੱਢਣੀ ਨਹੀਂ ਗੀ ਵਧਣੀ ਆ ਹਾਂਜੀ ਹਾਂਜੀ ਠੀਕ ਆ ਬਾਰਾਂ ਹਜ਼ਾਰ ਜਿਹੜੇ ਪੈਸੇ ਲੈਣੇ ਆਪਾਂ ਇਹਦਾ ਕੋਈ ਆਖੇ ਵੀਰ ਹੁਣੀ ਤੇ ਤੋਹਫਾ ਹੈ ਤੋਹਫਾ ਵਾ ਇਹ ਜਿਹੜਾ ਦੋਸਤੋ ਵਧਣੀ ਆ ਘੜਨੀ ਨਹੀਂ ਗੀ ਵਧਣੀ ਆ
ਰੱਖਦੇ ਪਏ ਹੋ ਪਸ਼ੂ ਸੇਵਾ? ਕਿੰਨੇ ਡੰਗਰ ਆ ਜੀ ਆਪਣੇ ਕੋਲ? ਤੇ ਨੰਬਰ ਵੀਰੇ ਦੱਸੀਏ ਭੈਣ ਭਰਾ? 7475-8652। ਠੀਕ ਹੈ ਜੀ, ਹਾਂਜੀ। ਸੋ ਦੋਸਤੋ ਅੱਜ ਮੇਰੇ ਨਾਲ ਸਨ ਵੀਰ ਸੁਖਦੇਵ ਸਿੰਘ, ਪਿੰਡ ਮਾਣੋ ਚਾਲ ਤੁਸੀਂ ਵਿਜਿਟ ਕਰਨੀ ਹੈ, 10 ਕਿਲੋਮੀਟਰ ਦੀ ਦੂਰੀ ਹੈ ਸ਼੍ਰੀ ਤਰਨ ਤਾਰਨ ਸਾਹਿਬ ਤੋਂ। ਪਸ਼ੂ ਤੁਹਾਨੂੰ ਦਿਖਾਤੇ ਆ, ਜਿਹੜਾ ਫਿੱਟ ਬੈਠੂਗਾ ਤਸੱਲੀ ਕਰ ਲਿਓ ਘਰੇ ਆਣ ਕੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।